ਉਹ ਯਾਰ ਸੇ ਆਹ ਇਹ ਤਾਂ ਸਿਸਟਮ ਹੀ ਬੜਾ ਘੈਂਟ ਆ ਇਹਦੇ ਵਿੱਚ ਸ਼ੁਰੂ ਐਕਸ ਸ਼ੋਰੂਮ ਪ੍ਰਾਈਸ ਪਹਿਲੇ ਮਾਡਲ ਤੋਂ ਕਿੱਥੋਂ ਹੋ ਜੂ ਤੇ ਐਂਡ ਤੱਕ ਵੀਰੇ ਯਾਰ ਐਂਡ ਜਿਹੜਾ ਇਹਨਾਂ ਦਾ ਹੈਗਾ ਵਾ ਜੀ ਸਾਢੇ 15 ਲੱਖ ਦੇ ਕਰੀਬ ਚਲੀ ਜਾਂਦੀ ਹੈ ਟੌਪ ਮਾਡਲ ਸਾਢੇ 15 ਲੱਖ ਦੇ ਵਿੱਚ ਟੌਪ ਮਾਡਲ ਅਗਲੇ 15 ਸਾਲ ਦੀ ਸੇਵਿੰਗ ਕਰਕੇ ਦੇਖੋ ਕਿੰਨੀ ਨਿਕਲਦੀ ਬਲਕਿ ਇੱਕ ਗੱਲ ਵੀਰੇ ਹੋਰ ਆ CNG ਨਾਲੋਂ ਚੱਲ ਹਾਈਬ੍ਰਿਡ ਵੀ ਆਈ ਆ ਰਹੀਆਂ ਹਾਈਬ੍ਰਿਡ ਨਾਲੋਂ ਵੀ ਉੱਤੇ ਦੀ ਈਵੀ ਦੇ ਵਿੱਚ ਇਹ ਚੀਜ਼ ਬਣਾਈ ਗਈ ਆ ਵੀ ਬੰਦਾ ਕਿਸੇ ਗੱਲੋਂ ਪਰੇਸ਼ਾਨ ਨਹੀਂ ਹੋ ਸਕਦਾ ਉਹਨੂੰ ਪਤਾ ਵਾ ਵੀ ਮੇਰੀ ਗੱਡੀ ਦੀ ਹੁਣ ਦੇਖੋ ਵੀਰੇ ਪੈਟਰੋਲ ਪੰਪ ਆ ਆਪਣੀ ਕਿਹੜਾ ਤੇਲ ਤੋਂ ਬਿਨਾਂ ਗੱਡੀ ਚੱਲਦੀ ਆਪਾਂ ਨੂੰ ਵੀ ਪਤਾ ਹੁੰਦਾ ਵੀ ਇੰਨਾ ਕੁ 1 ਕਿਲੋਮੀਟਰ ਜਾਣੀ ਆ ਫਿਰ ਤੇਲ ਪਾਉਣਾ ਪੈਣਾ ਬਿਲਕੁਲ ਆਉਣ ਵਾਲੇ 5 ਸਾਲਾਂ ਦੇ ਵਿੱਚ ਇਹਦੇ ਵੀ ਆਮ ਹੀ ਆਪਾਂ ਕਹਿ ਦਈਏ ਪੰਪ ਹੀ ਕਹਿ ਦਈਏ ਪੰਪ ਖੋਲੇ ਜਾਣਗੇ ਹਾਂ ਹਰੇਕ ਪੰਪ ਜਿੰਨੇ ਆਪਣੇ ਮੋਗੇ ਵਿੱਚ ਦੇਖ ਲਓ ਕਿੰਨੇ ਪੰਪ ਪੰਪਾਂ ਦੇ ਉੱਤੇ ਸਟੇਸ਼ਨ ਬਾਇਆ ਮਤਲਬ ਉਹ ਲੱਗ ਨੇ ਚਾਰਜਿੰਗ ਹਰੇਕ ਪੰਪ ਤੇ ਚਾਰਜ ਕਰ ਲਓ ਤੇ ਚਾਰਜ ਕਰ ਲਓ ਤੇ ਆਪਾਂ ਦਿਖਾ ਸਕਦੇ ਆ ਬਈ ਕਿੱਥੇ ਚਾਰਜ ਕਿੱਥੋਂ ਹੁੰਦੀ ਹੈ ਹਾਂ ਉਹ ਦਿਖਾ ਸਕਦੇ ਆ ਹਾਂ ਆਇਓ ਆਪਾਂ ਮੜੇ ਦੇਖ ਲਈਏ ਅੱਛਾ ਆਹ ਚਾਰਜਿੰਗ ਪੁਆਇੰਟ ਹੈ ਇਹਦਾ ਹਾਂ ਵੀਰੇ ਠੀਕ ਆ ਆ ਜੋ ਵਾਰ ਲੈ ਹੁਣ ਤੁਹਾਨੂੰ ਮੈਂ ਦਿਖਾਉਂਦਾ ਵੀ ਚਾਰਜ ਕਿੱਥੋਂ ਹੁੰਦੀ ਹੈ ਜੀ ਆ ਜੋ ਸਿਸਟਮ ਹੀ ਬੜਾ ਘੈਂਟ ਆ ਹੈ ਅੱਛਾ ਇੱਥੋਂ ਚਾਰਜ ਹੋ ਜਾਣੀ ਹੈ ਬਿਲਕੁਲ ਠੀਕ ਆ ਆਹ ਤਾਂ ਹੈਗਾ ਵੀਰੇ ਜਿਹੜਾ ਨੋਰਮਲ ਚਾਰਜਰ ਆ ਜਿਹੜਾ ਆਪਾਂ ਘਰੇ ਸੈਟਅਪ ਲਾ ਕੇ ਜਾਂਦੇ ਆ ਅੱਛਾ ਨੋਰਮਲ ਚਾਰਜਰ ਜਿਹੜੇ ਤੁਹਾਡੇ ਪੰਪਾਂ ਦੇ ਉੱਤੇ ਲੱਗੇ ਆ ਹਾਂਜੀ ਉਹ ਫਾਸਟ ਚਾਰਜਰ ਹੁੰਦੇ ਆ ਆ ਬੂਸਟ ਚਾਰਜਰ ਆ ਗਿਆ ਹਾਂ ਅੱਛਾ ਆ ਨੋਰਮਲ ਚਾਰਜ ਆ ਥੱਲੇ ਵਾਲਾ ਫਾਸਟ ਚਾਰਜਰ ਆ ਇਹ 3-4 ਘੰਟੇ 'ਚ ਫੁੱਲ ਕਰ ਦੂ 6-7 ਘੰਟੇ 'ਚ ਇੰਨਾ ਕੁ ਫਰਕ ਜਿਹੜਾ ਹਾਂ ਬਸ ਆ 40 ਮਿੰਟਾਂ ਵਾਲੇ ਵਿੱਚ ਵੀ ਇਹੀ ਆ ਅੱਛਾ ਵੀ ਇੱਥੇ ਚਾਰਜ ਲਾ ਗੱਡੀ ਚਾਰਜ ਹੈਂ ਯਾਰ ਪਹਿਲੇ ਤਾਂ ਬੰਦੇ ਨੂੰ ਆਈ ਨਹੀਂ ਇੱਥੇ ਹੁੰਦਾ ਵੀ ਚਾਰਜ ਕਿੱਥੋਂ ਲੱਗਦੀ ਹੈ ਮੈਂ ਤਾਂ ਆਪਾਂ ਇਹ ਸੋਚੀ ਜਾਂਦੇ ਮੈਂ ਕਦੇ ਬਰਨਰ ਖੋਲਣਾ ਪਵੇ ਹਾਂ ਇਹ ਲੁੱਕ ਹੀ ਲੱਗਾ ਇਹਦੀ ਹਾਂ ਨਹੀਂ ਯਾਰ ਘੈਂਟ ਆ ਤੇ ਇਹ ਵੀਰੇ ਹੁਣ ਆਪਾਂ ਨੂੰ ਪਊ ਕਿੰਨੇ 'ਚ ਵੀਰੇ ਰੇਟ ਵੀ ਇਹਨਾਂ ਨੇ ਨਾ ਇੱਕ ਜੈਨੂਅਨ ਰੱਖਿਆ ਜਿਵੇਂ ਤੁਸੀਂ ਨਾ ਗੱਲ ਕੀਤੀ ਸੀ ਵਿੱਚ ਬੈਠੇ ਨੇ ਹਾਈਬ੍ਰਿਡ ਵਾਲੀ ਵੀ ਹਨਾ ਹਾਂਜੀ ਵੀ ਹਾਈਬ੍ਰਿਡ ਗੱਡੀ ਦੇਖੋ ਵੀਰੇ ਹਾਈਬ੍ਰਿਡ ਗੱਡੀਆਂ ਆਉਂਦੀਆਂ ਉਹ ਟੇਸਟ ਤੁਹਾਨੂੰ ਇਲੈਕਟ੍ਰਿਕ ਦਾ ਨਹੀਂ ਮਿਲਣਾ ਨਹੀਂ 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 ਉਹ ਤਾਂ ਕੀ ਇੱਕ ਮਤਲਬ ਹਾਈਬ੍ਰਿਡ ਦਾ ਕੀ ਉਹ 40 ਤੱਕ ਜਿਹੜੀਆਂ ਗੱਡੀਆਂ ਚੱਲਣੀਆਂ ਉਹ ਜਿਹੜੀਆਂ ਉਹ ਬੰਦਾ ਡਬਲ ਮਾਈਂਡਡ ਹੋਇਆ ਰਹਿੰਦਾ ਹਾਂ ਡਬਲ 40 ਤੱਕ ਚੱਲਣੀਆਂ ਉਹ 40 ਤੱਕ ਦੀ ਸਪੀਡ ਦੇ ਉੱਤੇ ਤੁਹਾਨੂੰ ਇਲੈਕਟ੍ਰਿਕ ਦਾ ਕੀ ਸਵਾਦ ਆਊਗਾ ਨਹੀਂ ਆਉਣਾ ਨਹੀਂ ਆਉਣਾ ਸਹੀ ਆ ਜੇ ਹੁਣ ਪ੍ਰੋਪਰ ਇਲੈਕਟ੍ਰਿਕ ਦਾ ਸਵਾਦ ਲੈਣਾ ਉਹ ਤਾਂ ਇਕੱਲੀ ਇਲੈਕਟ੍ਰਿਕ ਹੀ ਦੇ ਸਕਦੀ ਜਿੱਦਾਂ ਕਿ ਇਹ ਗੱਡੀਆਂ ਆ ਰਹੀਆਂ ਨੇ ਠੀਕ ਆ ਉਹ ਤਾਂ ਇੱਕ ਸਾਡੀ ਪੈਟਰੋਲ ਗੱਡੀ ਤੁਸੀਂ ਯੂਜ਼ ਕਰ ਰਹੇ ਹੋ ਪੈਟਰੋਲ ਆ ਪੈਟਰੋਲ ਆ ਇਹਦੇ ਵਿੱਚ ਸ਼ੁਰੂ ਐਕਸ ਸ਼ੋਰੂਮ ਪ੍ਰਾਈਸ ਪਹਿਲੇ ਮਾਡਲ ਤੋਂ ਕਿੱਥੋਂ ਹੋ ਜੂ ਤੇ ਐਂਡ ਤੱਕ ਵੀਰੇ ਯਾਰ ਐਂਡ ਜਿਹੜਾ ਇਹਨਾਂ ਦਾ ਹੈਗਾ ਵਾ ਜੀ ਸਾਢੇ 15 ਲੱਖ ਦੇ ਕਰੀਬ ਚਲੀ ਜਾਂਦੀ ਹੈ ਟੌਪ ਮਾਡਲ ਸਾਢੇ 15 ਲੱਖ ਦੇ ਵਿੱਚ ਟੌਪ ਮਾਡਲ ਅਗਲੇ 15 ਸਾਲ ਦੀ ਸੇਵਿੰਗ ਕਰਕੇ ਦੇਖੋ ਕਿੰਨੀ ਨਿਕਲਦੀ ਬਿਲਕੁਲ ਕਹਿ ਸਕਦੇ ਨਾ ਵੀ ਤੁਹਾਡਾ ਕਿੰਨਾ ਤੇਲ ਮਾਚ ਜਾਣਾ ਕਿੰਨਾ ਤੇਲ ਮਾਚ ਜਾਣਾ ਐਵਰੇਜ ਉਹੀ ਐਸਟੀਮੇਟ ਜੇ ਲਾਉਣਾ ਇੱਕ ਵਾਰੀ 15 ਲੱਖ ਲਾਇਆ ਸੇਵਿੰਗ ਹੋ ਗਈ ਸਹੀ ਹੈ ਨਾ ਬਿਲਕੁਲ ਬਈ ਉਹੀ ਕਹਿੰਦੇ ਵੀ ਪੈਸੇ ਉਹ ਵੀ ਨਾਲ ਇੱਕ ਵੀਰੇ ਐਵਾਂ ਦੇਖੋ ਮਾਡਲ ਵਾਈਜ਼ ਆ ਟੌਪ ਮਾਡਲ ਆ ਉਹ ਤਾਂ ਨਾ ਆਪਾਂ ਜੇ ਗੱਲ ਕਰੀਏ 12 ਲੱਖ ਦੇ ਕਰੀਬ ਸਟਾਰਟ ਹੋ ਜਾਂਦੀ ਗੱਡੀ ਉਹਦੇ ਵਿੱਚ ਸਨਰੂਫ ਨਹੀਂ ਆਊ ਜਾਂ ਫਿਰ ਦੇਖੋ ਹਰੇਕ ਚੀਜ਼ ਦੇ ਵਿੱਚ ਕੋਈ ਨਾ ਕੋਈ ਕੰਪਰੋਮਾਈਜ਼ ਹੁੰਦੇ ਆ ਨਾ ਉਹ ਫੀਚਰ ਜਿੰਨਾ ਜਿੰਨਾ ਗੁੜ ਪਾਈ ਜਾ ਉਹਨਾਂ ਮਿੱਠਾ ਹੋਈ ਜਾਣਾ ਠੀਕ ਹੈ ਵੇਰੀਐਂਟ ਅਲੱਗ ਅਲੱਗ ਵੇਰੀਐਂਟ ਅਲੱਗ ਅਲੱਗ ਆ ਠੀਕ ਹੈ ਜੀ ਬਾਕੀ ਰਨਿੰਗ ਵਗੈਰਾ ਉਹ ਤਾਂ ਚੱਲ ਸੇਮ ਹੀ ਰਹਿਣੀ ਹੈ ਹਾਂ ਵੀ ਇੰਨਾ ਕਿ ਵੀ 12 ਲੱਖ ਚ ਨਹੀਂ ਇਲੈਕਟ੍ਰਿਕ 12 ਲੱਖ ਚ ਵੀ ਮਿਲੂ ਹਾਂ ਮਿਲੂਗੀ ਸਹੀ ਹੈ ਨਾ ਇਹ ਨਹੀਂ ਕਿ 15 ਦੀ ਮਿਲਣੀ 12 ਲੱਖ ਤੋਂ ਸਟਾਰਟ ਹੈ 12 ਲੱਖ ਮਿਲੂਗੀ 12 ਲੱਖ ਚ ਮਿਲੂ 12 ਤੋਂ 15 ਲੱਖ ਚ ਮੈਂ ਤਾਂ ਇਹ ਕਹਿੰਦਾ ਯਾਰ 15 ਕੀ ਜੇ 20 ਲੱਖ ਦੀ ਵੀ ਇਹ ਹੋਵੇ ਜਦੋਂ ਹੈ ਹੀ ਸੇਵਿੰਗ ਬੰਦੇ ਦੀ ਮੇਨ ਚੀਜ਼ ਦੱਸਦਾ ਤੁਹਾਨੂੰ ਸਭ ਤੋਂ ਵੱਡੀ ਚੀਜ਼ ਆ ਜੇ ਕਸਟਮਰ ਦੇਖੂ ਨਾ ਕਿ 12 ਲੱਖ ਰੁਪਈਆ ਗੱਡੀ ਤੇ ਲਾ ਰਹੇ ਤੁਸੀਂ ਸਮਝ ਲਓ ਸਭ ਤੋਂ ਇਲੈਕਟ੍ਰਿਕ ਕਾਰਾਂ ਵਿੱਚ ਕਿਹੜੀ ਮਸ਼ਹੂਰ ਆ ਕੰਪਨੀ ਉਹ ਹੈਗੀ ਟੈਸਲਾ ਟੈਸਲਾ ਹਾਂ ਇਹਨੂੰ ਠੀਕ ਹੈ ਟੈਸਲਾ ਨਾ
ਹੁਣ ਟੈਸਲਾ ਜਿੱਦਾਂ ਜਿਵੇਂ ਗੱਲ ਚੱਲਦੀ ਪਈ ਆ, ਹੁਣ ਕਹਿ ਵੀ ਰਹੇ ਨੇ ਟੈਸਲਾ ਇੰਡੀਆ ਦੀ ਵੀ ਆ ਰਹੀ ਹੈ, ਠੀਕ ਹੈ ਜੀ, ਤੇ ਟਾਟਾ ਦੀ ਗੱਲ ਵੀ ਚੱਲ ਰਹੀ ਹੈ ਟੈਸਲਾ ਨਾਲ, ਠੀਕ ਹੈ, ਟੈਸਲਾ ਤੋਂ ਬਾਅਦ ਜਿਹੜੀ ਗੱਡੀ ਆ ਰਹੀ ਆ ਉਹ ਆ ਵੀ ਰਹੀ ਟਾਟਾ ਦੀ ਇਕੱਲੀ ਓਨਲੀ, ਸਹੀ ਆ, ਟੱਕਰ ਜੋ ਦੇ ਰਹੀ ਆ, ਟੱਕਰ ਦੇ ਰਹੀ ਉਹ ਪ੍ਰੋਪਰ ਤਰੀਕੇ ਨਾਲ, ਇਹ ਸਾਰਾ ਕੁਝ ਗੂਗਲ ਉੱਤੇ ਹੀ ਪਿਆ ਹਰੇਕ ਚੀਜ਼ ਦਾ, ਇਹ ਕੀ ਆਪਾਂ ਬੋਲਦੇ ਆਪਣੀ ਕੰਪਨੀ ਨਹੀਂ ਬੋਲਦੇ, ਨਹੀਂ ਕੋਈ ਚੀਜ਼ ਹੁੰਦੀ ਹੈ, ਗੂਗਲ ਉੱਤੇ ਸਰਚ ਨਹੀਂ ਕਰੋ, ਖਰ ਸਭ ਕੁਝ ਪਿਆ ਵਾ, ਉਹ ਫੋਰਨ ਬੰਦਿਆਂ ਦੀ ਹੈ ਟਾਟਾ, ਬਸ ਇਹ ਪੰਜਾਬੀ ਬੰਦਿਆਂ ਦੀ ਟਾਟਾ, ਪੰਜਾਬੀ ਬੰਦੇ ਦੀ, ਇੰਡੀਅਨ ਆਪਣੇ ਆਪ ਦੀ ਹੈ ਨਾ, ਇੰਡੀਅਨ ਬ੍ਰਾਂਡ ਆ, ਇੰਡੀਅਨ ਬ੍ਰਾਂਡ ਇੱਕ ਬਾਹਰਲੇ ਬ੍ਰਾਂਡ ਨੂੰ ਟੱਕਰ ਦੇ ਰਿਹਾ, ਟੱਕਰ ਦੇ ਰਿਹਾ, ਬਹੁਤ ਵੱਡੀ ਗੱਲ, ਬਹੁਤ ਵੱਡੀ ਗੱਲ, ਫਿਰ ਦੂਜੀ ਜੈਨੂਇਨ ਪ੍ਰਾਈਸ ਨਾਲ ਇੱਕ ਸੇਫਟੀ ਨਾਲ ਆਪਾਂ ਜੇ ਗੱਲ ਕਰੀਏ, ਸੇਫਸਟ ਕਾਰ ਜਿਹਨੂੰ ਆਪਾਂ ਕਹੀਏ ਇੱਕ 5 ਸਟਾਰ ਰੇਟਿੰਗ ਵਿੱਚ, ਟਾਟਾ ਦਾ ਜਦੋਂ ਨਾਮ ਆਉਂਦਾ ਹੁੰਦਾ ਉਦੋਂ ਮੈਂ ਕਹਿੰਦਾ ਤੱਕ ਦੇ ਬਸ ਹੀ ਜਾਣ ਦੇ, ਕੋਈ ਨਹੀਂ ਹੁੰਦਾ, ਕੋਈ ਨਹੀਂ ਹੁੰਦਾ, ਸਹੀ ਗੱਲ, ਸਹੀ ਆ, ਤੇ ਵੀਰੇ ਜੇ ਕਿਸੇ ਨੇ ਪਹੁੰਚਣਾ, ਐਡਰੈਸ ਮੈਂ ਦੱਸਦਾ ਲੁਧਿਆਣਾ ਫਿਰੋਜ਼ਪੁਰ ਰੋਡ ਦੇ ਉੱਤੇ, ਬਿਲਕੁਲ, ਦਾਦਾ ਮੋਟਰਸ, ਟਾਟਾ ਮੋਟਰਸ, ਤੁਸੀਂ ਚਾਹੇ ਸਰਚ ਕਰਕੇ ਲੋਕੇਸ਼ਨ ਲਾ ਕੇ ਆ ਸਕਦੇ ਹੋ, ਹਾਂ ਲੋਕੇਸ਼ਨ ਲਾ ਲਓ, ਤੇ ਨੰਬਰ ਜੇ ਵੀਰੇ ਆਪਾਂ ਪਾਉਣਾ ਹੋਵੇ ਨੰਬਰ ਕਿਹੜਾ ਦੇਈਏ, ਨੰਬਰ ਵੀਰੇ ਤੁਸੀਂ ਪਾ ਲਓ ਇਹਦੇ ਵਿੱਚ ਜੀ, ਇੱਕ ਕੁਲਦੀਪ ਸਰ ਦਾ, ਹਾਂਜੀ, ਤੁਸੀਂ ਮੈਨੂੰ ਐਂ ਕਰੋ ਨੰਬਰ ਲਿਖ ਦਿਓ, ਉਹੀ ਚੱਲਦੇ ਆ, ਮੈਂ ਤੁਹਾਨੂੰ ਨੰਬਰ ਲੈ ਦਿੰਦਾ, ਬਸ ਉਹੀ ਨੰਬਰ ਆਪਾਂ ਚਲਾ ਦਾਂਗੇ, ਬਸ ਉਹੀ ਨੰਬਰ ਤੇ ਚਲਾ ਦਿਓ, ਤੁਸੀਂ ਉਹਨਾਂ ਤੇ ਫੋਨ ਕਰ ਸਕਦੇ ਹੋ, ਜਾਣਕਾਰੀ ਲੈ ਸਕਦੇ ਹੋ, ਟੈਸਟ ਡਰਾਈਵ ਕਰਨੀ ਆ ਕੇ ਤੁਸੀਂ ਟੈਸਟ ਕਰ ਸਕਦੇ, ਹਾਂ ਟੈਸਟ ਡਰਾਈਵ ਜਦੋਂ ਮਰਜ਼ੀ ਆ ਕੇ ਕਰੋ, ਕੋਈ ਇਹਦੀ ਕਾਸਟ ਨਹੀਂ ਹੈਗੀ ਟੈਸਟ ਡਰਾਈਵ ਦੀ, ਠੀਕ ਹੈ ਨਾ, ਚੀਜ਼ ਦੀ ਟੈਸਟ ਡਰਾਈਵ ਕਰੋਗੇ ਤਾਂ ਹੀ ਫੀਲ ਆਊਗਾ, ਮੇਰੀਆਂ ਗੱਲਾਂ ਨਾਲ ਫੀਲ ਨਹੀਂ ਆਉਣਾ, ਮੇਰੇ ਕਹਿਣ ਨਾਲ ਫੀਲ ਨਹੀਂ ਆਉਣਾ, ਡਰਾਈਵ ਕਰੋਗੇ ਫਿਰ ਫੀਲ ਆਊਗਾ, ਅੰਦਾਜ਼ਾ ਦੇਤਾ, ਐਸਟੀਮੇਟ ਦੇਤਾ ਵੀ ਮਾਰਕੀਟ ਦੇ ਵਿੱਚ ਇੱਕ ਬਲਾਸਟਰ ਚੀਜ਼ ਉਤਰ ਰਹੀ ਹੈ, ਹਾਂ ਆ ਕੇ ਚੈੱਕ ਕਰਕੇ ਫੜਾ ਕੇ ਸਾਈ ਬੁੱਕ ਕਰ ਸਕਦੇ, ਬਸ ਹੈ ਨਾ, ਧੰਨਵਾਦ ਵੀਰੇ ਰਾਜਪਾਲ ਵੀਰੇ, ਤੇ ਪਹੁੰਚਿਓ ਜ਼ਰੂਰ, ਚੀਜ਼ ਕਿਵੇਂ ਲੱਗੀ ਦੱਸਿਓ, ਸ਼ੇਅਰ ਕਰ ਦਿਓ, ਨਾ ਪੁੱਤ ਗੱਲੇ।